ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਪਿੰਡ ਬੁਰਜ ਕਲਾਰਾ, ਜ਼ਿਲ੍ਹਾ ਲੁਧਿਆਣਾ ਖੜ੍ਹੇ ਹਾਂ, ਜਿੱਥੇ ਤੁਹਾਡੇ ਸਹਿਯੋਗ ਦੇ ਨਾਲ ਜੇ ਗੱਲ ਕਰੀਏ ਜੈਟ ਸਿੰਘ ਟਰੱਸਟ ਦੀ, ਜੈਟ ਸਿੰਘ ਟਰੱਸਟ ਨੇ ਹਮੇਸ਼ਾ ਬੇਨਤੀ ਕੀਤੀ ਗਈ, ਉਹਨਾਂ ਨੇ ਹਮੇਸ਼ਾ ਵੱਧ ਚੜ੍ਹ ਕੇ ਮੋਢਾ ਲਾਇਆ, ਔਰ ਇੱਕ ਹੋਰ ਕੰਸਟਰਕਸ਼ਨ ਸੇਵਾ, ਇੱਕ ਹੋਰ ਘਰ ਦੀ ਉਸਾਰੀ, ਉਹਨਾਂ ਦੇ ਨਾਲ ਜੋ ਜਨਰਸ ਔਰ ਕੰਪੈਸ਼ਨੇਟ ਸੋਲ ਆ ਜੋ ਹਮੇਸ਼ਾ ਹੀ ਜੈਟ ਸਿੰਘ ਟਰੱਸਟ ਨੂੰ ਸਪੋਰਟ ਕਰਦੀਆਂ, ਉਹਨਾਂ ਦੇ ਹਾਰਡ ਅਰਨ ਮਨੀ 'ਚੋਂ ਕੱਢੇ ਹੋਏ ਦਸਵੰਧਾਂ ਨਾਲ ਇਸ ਘਰ ਦੀ ਉਸਾਰੀ ਹੋ ਰਹੀ ਹੈ। ਸੋ ਬਹੁਤ ਬਹੁਤ ਧੰਨਵਾਦ ਆ ਜੈਟ ਸਿੰਘ ਟਰੱਸਟ ਦਾ। ਔਰ ਸੰਗਤ ਜੀ, ਤੁਹਾਨੂੰ ਬੇਨਤੀ ਹੈ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹੋ, ਕਿਉਂਕਿ ਤੁਹਾਡੇ ਸ਼ੇਅਰ ਕੀਤੇ ਹੋਏ ਵੀਡੀਓਜ਼ ਹੀ ਇਹਨਾਂ ਮਾਤਾ ਤੱਕ ਵੀ ਪਹੁੰਚੇ ਸੀ, ਤਾਂ ਇਹਨਾਂ ਨੇ ਫੋਨ ਕੀਤਾ, ਤਾਂ ਇਸ ਘਰ ਦੀ ਉਸਾਰੀ ਲਈ ਸਹਿਯੋਗ ਕਰ ਪਾ ਰਹੇ ਹਾਂ ਨਾ। ਮਾਤਾ ਜੀ ਹਲੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਬੈਠੇ ਹਾਂ, ਔਰ ਪਿੰਡ ਵਾਸੀਆਂ ਨੇ ਵੀ ਬੜਾ ਸਹਿਯੋਗ ਕੀਤਾ, ਉਹਨਾਂ ਨੇ ਇਸ ਜਗ੍ਹਾ ਨੂੰ ਖਰੀਦਣ ਦੇ ਲਈ ਬਹੁਤ ਆਪਸ 'ਚ ਪੈਸੇ ਇਕੱਠੇ ਕੀਤੇ। ਬਾਕੀ 3.25 ਲੱਖ ਰੁਪਏ ਪਹਿਲਾਂ ਐਕਸਟੈਂਡ ਕਰਕੇ ਗਏ ਸੀਗੇ, ਔਰ ਹੁਣ 1 ਲੱਖ ਰੁਪਏ ਦਾ ਚੈੱਕ ਦੁਬਾਰਾ ਦੇਣ ਆਏ ਆ, ਕਿਉਂਕਿ ਲੈਂਟਰ ਪੈ ਚੁੱਕਿਆ, ਬਾਕੀ ਲਪਾਈ ਔਰ ਬਾਕੀ ਜਿਹੜਾ ਰਿਮੇਨਿੰਗ ਪਾਰਟ ਆਫ ਵਰਕ ਹੈ ਉਹ ਕੰਪਲੀਟ ਹੋਣ ਲੱਗਿਆ। ਸੋ ਆਹ ਬੱਚਾ ਹੈ ਛੋਟਾ, ਦਾਦੀ ਜੀ ਦਾ, ਬੜੀ ਹੀ ਹੋਣਹਾਰ ਬੱਚੀ ਹੈ। ਤੁਹਾਨੂੰ ਪਹਿਲਾਂ ਵੀ ਇੱਕ ਵਾਰ ਰੂਬਰੂ ਹੋਈ ਸੀ ਔਰ ਗੱਲ ਕੀਤੀ ਸੀ, ਬੱਚਾ ਕਬੱਡੀ ਵੀ ਖੇਡਦਾ ਔਰ ਪੜ੍ਹਨ ਦੇ ਵਿੱਚ ਵੀ ਬਹੁਤ ਬਹੁਤ ਹੁਸ਼ਿਆਰ ਹੈ ਨਾ। 3 ਬੱਚੇ ਨੇ ਹੈ ਨਾ, ਇਸ ਤੋਂ ਛੋਟੇ 2 ਬੱਚੇ ਹੋਰ ਨੇ, 2 ਭਰਾ ਨੇ ਇਹਦੇ, ਹੈ ਨਾ। ਸਵੇਰੇ ਉੱਠ ਕੇ ਉਹਨਾਂ ਨੂੰ ਤਿਆਰ ਵੀ ਕਰਦੇ ਹੋ, ਸਕੂਲ ਆਪ ਨਾਲ ਲੈ ਕੇ ਜਾਂਦੇ ਹੋ ਸਾਰੇ, ਹਾਂ ਹਾਂ। ਕਿੰਨੇ ਵਜੇ ਉੱਠ ਕੇ ਤਿਆਰ ਕਰਦੇ ਹੋ ਜੀ? 4 ਵਜੇ। 4 ਵਜੇ ਉੱਠ ਜਾਂਦੇ ਹੋ, ਹਾਂ। ਤਿਆਰ ਕਿੰਨੇ ਵਜੇ ਤੱਕ ਕਰ ਦਿੰਦੇ ਹੋ ਜੀ? 7:30 ਵਜੇ ਤੱਕ। 7:30 ਵਜੇ ਤੱਕ ਤਿਆਰ ਕਰਕੇ, ਸਾਰੇ ਘਰ ਦੇ ਕੰਮ ਕਰਕੇ ਫਿਰ ਤੁਸੀਂ ਉਹਨਾਂ ਨੂੰ ਸਕੂਲ ਲੈ ਕੇ ਜਾਂਦੇ ਹੋ, ਹਾਂ। ਬਹੁਤ ਸ਼ਾਨਦਾਰ ਹੈ ਨਾ। ਹੁਣ ਅਸੀਂ ਆਪ ਸੋਚੀਏ ਨਾ, ਬੱਚਾ ਕਿੰਨਾ ਮਿਹਨਤੀ ਹੈ ਨਾ। ਸੋ ਇਹ ਜੋ ਕੰਸਟਰਕਸ਼ਨ ਸੇਵਾ ਹੋ ਰਹੀ ਹੈ, ਇਹਨਾਂ ਦੇ ਆਉਣ ਵਾਲੇ ਅਗਲੇ 50-70 ਸਾਲ ਇਹਨਾਂ ਬੱਚਿਆਂ ਦੇ ਕੰਮ ਆਉਣ ਵਾਲੀ ਹੈ ਨਾ। ਪਿਤਾ ਜੀ ਇਹਨਾਂ ਦੇ ਗੁਜ਼ਰ ਗਏ ਸੀਗੇ, ਅਤੇ ਆਹ 1 ਲੱਖ ਰੁਪਏ ਦਾ ਚੈੱਕ ਹੈ। ਸਰਪੰਚ ਸਾਹਿਬ ਹੈਗੇ ਬੂਟਾ ਸਿੰਘ ਜੀ, ਇਹਨਾਂ ਦੀ ਸੁਪਰਵਿਜ਼ਨ ਦੇ ਅੰਡਰ ਇਹ ਸਾਰੇ ਘਰ ਦੀ ਉਸਾਰੀ ਚੱਲ ਰਹੀ ਹੈ। ਸੋ ਬਹੁਤ ਧੰਨਵਾਦ ਹੈ ਇਹਨਾਂ ਦਾ ਵੀ, ਜੋ ਗਰਾਊਂਡ ਲੈਵਲ 'ਤੇ ਸਾਰਾ ਸੁਪਰਵਾਈਜ਼ ਕਰ ਰਹੇ ਨੇ। ਬੱਚੇ, ਇਹ ਤੁਹਾਡੀ ਦਾਦੀ ਜੀ ਦੇ ਨਾਮ ਚੈੱਕ ਹੈ, ਅਤੇ ਲਗਾ ਦਿਓ ਖਾਤੇ 'ਚ, ਤੁਹਾਡੇ ਪੈਸੇ ਆ ਜਾਣਗੇ। 1 ਲੱਖ ਰੁਪਏ ਦਾ ਹੁਣ ਚੈੱਕ ਇਸ਼ੂ ਕਰਕੇ ਜਾ ਰਹੇ ਹਾਂ, 3.25 ਲੱਖ ਰੁਪਏ ਪਹਿਲਾਂ ਇਸ਼ੂ ਕਰਕੇ ਗਏ ਸੀਗੇ, ਠੀਕ ਹੈ ਜੀ। ਸੋ ਇੱਕ ਫਾਈਨਲ ਵੀਡੀਓ ਰਿਕਾਰਡ ਕਰਾਂਗੇ ਜਦ ਇਹ ਘਰ ਦੀ ਕੰਪਲੀਸ਼ਨ ਹੋ ਜਾਏਗੀ। ਸਰਪੰਚ ਸਾਹਿਬ, ਕਦ ਤੱਕ ਲੱਗਦਾ? ਕਦ ਤੱਕ ਬਸ ਆ ਹੁਣ ਮੈਸਤਰੀ ਕਰਦੇ ਹਾਂ ਸ਼ੁਰੂ, ਆ ਮਹੀਨੇ ਦੇ ਵਿੱਚ ਲਗਭਗ ਮੰਨ ਸਕਦੇ ਹਾਂ ਨਾ ਹੋ ਜਾਏਗਾ ਨਾ। ਮਹੀਨੇ ਫਾਈਟਿੰਗ ਹੋ ਗਈ ਆ, ਬਸ ਮਹੀਨਾ ਕੁ ਲੱਗ, ਬਸ ਲਪਾਈ ਔਰ ਛੋਟੇ ਮੋਟੇ ਕੰਮ ਹੈ ਨਾ। ਸੋ ਜਦ ਘਰ ਕੰਪਲੀਟ ਹੋ ਜਾਏਗਾ, ਦੁਬਾਰਾ ਇੱਕ ਵਾਰੀ ਆਵਾਂਗੇ ਔਰ ਫਾਈਨਲ ਵੀਡੀਓ ਰਿਕਾਰਡ ਕਰਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਨਾ। ਤਦ ਤੱਕ ਇਜਾਜ਼ਤ ਦਿਓ, ਫਤਿਹ ਦੀ ਸਾਜ ਨਾਲ ਵੀਡੀਓ ਕਲੋਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।